ਵਾਰਾ ਪਾਇ ਗੁਰਦਾਸ ਜੀ ਵਾਰ 3ਵੀਂ ਪੌੜੀ 6ਵੀਂ ਗੁਰਮੁਖ ਸੱਚ ਸੁਰੰਗ ਹੈ ਮੂਲ ਮਜੀਠ ਨਟ ਲੈ ਤਲੰਦਾ ਮਨਮੁਖ ਕੂੜ ਕ ਰੰਗ ਹੈ ਫੁੱਲ ਕੁਸੰਬੈ ਥਿਰ ਨਾ ਰਹੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਸੱਚ ਸੁਰੰਗ ਹੈ ਮੂਲ ਮਜੀਠ ਨਟਲਾ ਤਲੰਦਾ ਹੁਣ ਭਾਈ ਗੁਰਦਾਸ ਜੀ ਸੱਚ ਤੇ ਝੂਠ ਨੂੰ ਨਾ ਦੋ ਰੰਗਾ ਦੋ ਤਰ੍ਹਾਂ ਦੇ ਰੰਗ ਹੁੰਦੇ ਨੇ ਜਿਵੇਂ ਗੁਰਬਾਣੀ ਵਿੱਚ ਬਹੁਤ ਵਾਰੀ ਮਹਾਰਾਜ ਨੇ ਐਗਜ਼ਾਮਪਲ ਦਿੱਤਾ ਇੱਕ ਮਜੀਠ ਰੰਗ ਹੁੰਦਾ ਹੈ ਇੱਕ ਕੁਸੁੰਬੇ ਦਾ ਰੰਗ ਹੁੰਦਾ ਹੈ ਮਜੀਠ ਰੰਗ ਮੀਨਸ ਦਾ ਪਰਮਨੈਂਟ ਕਾਲਾ ਜਿਹੜਾ ਕਲਰ ਇਕਵਲੀ ਲੱਗ ਜਾਵੇ ਉਹ ਮੁੜ ਕੇ ਨਹੀਂ ਉਤਰਦਾ ਦੂਜਾ ਰੰਗ ਹੈ ਕੁਸੁੰਬੇ ਦਾ ਕੁਸੁੰਬੇ ਦਾ ਰੰਗ ਉਹ ਹੁੰਦਾ ਹੈ ਜਦੋਂ ਤੁਸੀਂ ਕੋਈ ਸੂਟ ਜਾਂ ਕੋਈ ਕਪੜਾ ਲੈ ਕੇ ਆਉਨੇ ਨਾ ਇੱਕ ਵਾਰੀ ਪਾਣੀ ਚ ਬਹੁਤ ਸਾਰਾ ਪਾਣੀ ਉਹ ਰੰਗਣਾ ਹੋ ਜਾਂਦਾ ਹੈ ਤੇ ਜੇ ਤੁਸੀਂ ਵਾਸ਼ਿੰਗ ਮਸ਼ੀਨ ਚ ਪਾਤਾ ਉਹ ਕਪੜਾ ਬਾਕੀ ਸਾਰੇ ਕਪੜੇ ਵੀ ਉਹੀ ਕਲਰ ਦੇ ਹੋ ਜਾਣੇ ਆ ਹਾਂਜੀ ਬਾਕੀ ਸਾਰਿਆਂ ਦੇ ਚਿੱਟੇ-ਚਿੱਟੇ ਕਪੜੇ ਵੀ ਲਾਲ ਹੋ ਜਾਣਗੇ ਪੀਲੇ ਹੋ ਜਾਣਗੇ ਬਹੁਤ ਕੁਝ ਹੋ ਜਾਂਦਾ ਹੈ ਸੋ ਉਹ ਦੇਖਣਾ ਪੈਂਦਾ ਹੈ ਵੀ ਰੰਗ ਕੀ ਹੈ ਕਰੈਕਟ ਸੋ ਇਹ ਜਿਹੜੇ ਦੋ ਐਗਜ਼ਾਮਪਲ ਨੇ ਮਜੀਠ ਰੰਗ ਤੇ ਕੁਸੁੰਬੇ ਦਾ ਰੰਗ ਸੋ ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖ ਸੱਚ ਸੁਰੰਗ ਹੈ ਗੁਰਮੁਖ ਜਿਹੜੇ ਨੇ ਉਹ ਸੱਚ ਨੂੰ ਜਿਹੜਾ ਸੱਚ ਤੇ ਚੱਲਣ ਵਾਲੇ ਉਹਨਾਂ ਦਾ ਰੰਗ ਸੁਰੰਗ ਚੰਗਾ ਰੰਗ ਹੈ ਸ੍ਰਿਸ਼ਟ ਰੰਗ ਹੈ ਕਿਉਂ ਮੂਲ ਮਜੀਠ ਮੂਲ ਵਿੱਚ ਜਿਹੜਾ ਮਜੀਠ ਰੰਗ ਹੈ ਨਾ ਇਹ ਜੜਾਂ ਤੋਂ ਬਣਦਾ ਹੈ ਇਹ ਰੂਟਸ ਤੋਂ ਬਣਦਾ ਹੈ ਉਹ ਰੂਟਸ ਨੂੰ ਕਈ ਦਿਨ ਜਾ ਕੇ ਨਾ ਉਹਨੂੰ ਉਬਾਲਣਾ ਪੈਂਦਾ ਫਿਰ ਉਹਦੇ ਵਿੱਚ ਰੰਗ ਨਿਕਲਦਾ ਹੈ ਯੂ हैव टू ਬੋਇਲ ਦਰੂਟਸ ਫਾਰ ਮੈਨੀ ਡੇਸ ਸੋ ਉਹ ਕੁਸੁੰਬ ਦਾ ਰੰਗ ਰੂਟਸ ਦਾ ਰੰਗ ਹੈ ਜੋ ਇੱਕ ਪਲਾਨ ਦੇ ਰੂਟਸ ਤੋਂ ਆਉਂਦਾ ਹੈ ਫਿਰ ਕਹਿੰਦੇ ਮੂਲ ਮਜੀਠ ਨਾ ਟਲਾ ਟਲੰਦਾ ਉਹ ਮਜੀਦ ਦਾ ਰੰਗ ਕਿਦੇ ਵੀ ਜਿਹੜਾ ਹਨ ਨਹੀਂ ਇੱਧਰ ਉੱਧਰ ਹੁੰਦਾ ਭਾਵੇਂ ਤੁਸੀਂ ਉਹ ਕੱਪੜਾ 10 ਸਾਲ ਪਾ ਲਓ ਭਾਵੇਂ 20 ਸਾਲ ਪਾ ਲਓ ਕੱਪੜਾ ਪਾੜ ਜਾਊਗਾ ਉਹਦਾ ਰੰਗ ਨਹੀਂ ਕਿਦੇ ਉਤਰੇਗਾ ਸੋ ਦੈਟ ਇਜ਼ ਮਜੀਦ ਰੰਗ ਹੁਣ ਕਹਿੰਦੇ ਉਹ ਰੂਟਸ ਤੋਂ ਬਣਦਾ ਹੈ ਇਹਦੇ ਕੰਪੈਰੀਜ਼ਨ ਤੇ ਕੁਸੰਬੇ ਦਾ ਰੰਗ ਹੁਣ ਸੁਣੋ ਜੀ ਮਾਨਮੁਖਾ ਕੂੜ ਕੁਰੰਗ ਹੈ ਫੁੱਲ ਕੁਸੰਬਾ ਥਿਰ ਨਾ ਰਹੰਦਾ ਦੇਖੋ ਮਨਮੁਖ ਜਿਹੜੇ ਨੇ ਉਹਨਾਂ ਦਾ ਜਿਹੜਾ ਝੂਠ ਬੋਲਦੇ ਨੇ ਉਹ ਜਿਹੜਾ ਹਨ ਉਹ ਰੰਗ ਕੀ ਕੁਰੰਗ ਪੈੜਾ ਰੰਗ ਹੈ ਕਿਉਂ ਪੈੜਾ ਰੰਗ ਹੈ ਜਿਵੇਂ ਹੁਣ ਤੁਸੀਂ ਲਾਲ ਰੰਗ ਲਿਆ ਵੈਰੀ 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 ਸਟ੍ਰਾਈਕਿੰਗ ਰੇਟ ਤੁਸੀਂ ਪਹਿਲੀ ਵਾਰੀ ਤੋਤਾ ਉਹ ਸਟ੍ਰਾਈਕਿੰਗ ਨਿਕਲ ਜਾਣਾ ਉਹਦਾ ਸੈਕੰਡ ਵਾਸ਼ ਉਹ ਲਾਲ ਰੰਗ ਨੇ ਮਰੂਨ ਬਣ ਜਾਣਾ ਤੀਜੇ ਕਲਰ ਦੇ ਵਿੱਚ ਯੂ ਓਨਟ ਨੋ ਦੈਟ ਕਲਰ ਬਿਕਾਉਜ਼ ਉਹ ਕਲਰ ਸਪੈਕਟ੍ਰਮ ਚ ਹੈ ਹੀ ਨਹੀਂ ਉਹ ਕਲਰ ਸੋ ਤੁਹਾਨੂੰ ਪਤਾ ਨਹੀਂ ਉਹ ਕੀ ਕਲਰ ਬਣ ਗਿਆ ਉਹਦਾ ਕਲਰ ਹਰ ਇੱਕ ਵਾਸ਼ ਦੇ ਵਿੱਚ ਉਹ ਚੇਂਜ ਹੋ ਜਾਣਾ ਸੋ ਉਹ ਜਿਹੜਾ ਹਨ ਕਹਿੰਦੇ ਕੁ ਰੰਗ ਹੈ ਭੈੜਾ ਰੰਗ ਹੈ ਫੁੱਲ ਕੁਸੰਬਾ ਉਹ ਬਣਦਾ ਕਿੱਥੋਂ ਆ ਉਹ ਕੁਸੰਬ ਜਿਹੜਾ ਹੈ ਇੱਕ ਤਰ੍ਹਾਂ ਦਾ ਪਲਾਨ ਹੈ ਇੱਕ ਤਰ੍ਹਾਂ ਦਾ ਫਲਾਵਰ ਹੈ ਜਿਹਨੂੰ ਕੁਸੰਬਾ ਕਹਿੰਦੇ ਹਨ ਉਹਦੇ ਫੁੱਲ ਤੋਂ ਬਣਦਾ ਹੈ ਨਾ ਹ ਯੂਸੀਪਾਈ ਗੁਰਦਾਸ ਸੋ ਸਮਾਰਟਲੀ ਨਾ ਕਹਿੰਦੇ ਮਜੀਤ ਰੰਗ ਬਣਦਾ ਹੈ ਰੂਟਸ ਤੋਂ ਪਲਾਨ ਦੀ ਰੂਟਸ ਤੋਂ ਬਣਦਾ ਹੈ ਕੁਸੰਬੇ ਦਾ ਜਿਹੜਾ ਝੂਠਾ ਰੰਗ ਨਾ ਉਹ ਫੁੱਲ ਤੋਂ ਬਣਦਾ ਹੈ ਓਕੇ ਨਾ ਕਹਿੰਦੇ ਫੁੱਲ ਕਸੂਮੇ ਥਿਰਨਾ ਰਹਿੰਦਾ ਪਰ ਰਹਿੰਦਾ ਨਹੀਂ ਬਾਕੀ ਨਾਲ ਜੈਸ ਇਮੇਜਿੰਨਾ ਭਾਈ ਗੁਰਦਾਸ ਜੀ ਕਹਿ ਰਹੇ ਨੇ ਹੁਣ ਜਿਹੜੀ ਰੂਟਸ ਤੋਂ ਕਲਰ ਬਣਦਾ ਹੈ ਜਿਹੜਾ ਪੱਕਾ ਰੰਗ ਵਜੀਰ ਦਾ ਹੈ ਉਹ ਰੂਟਸ ਕਿਸੇ ਨੂੰ ਦਿਸਦੀ ਨਹੀਂ ਫਲਾਵਰ ਉਤੇ ਬਹੁਤ ਸੋਹਣਾ ਦਿਸਦਾ ਹੈ ਸੋ ਆਪਾਂ ਕੀ ਆ ਆਪਾਂ ਰੂਟਸ ਨੂੰ ਨਹੀਂ ਦੇਖਣਾ ਚਾਹੁੰਦੇ ਰੂਟਸ ਦਾ ਆਪਾਂ ਪੂਰਾ ਪਰਵਾ ਨਹੀਂ ਕਰਦੇ ਆਪਨੂੰ ਫੁੱਲ ਦੀ ਪਰਵਾਹ ਹੁੰਦੀ ਆਪਾਂ ਉੱਥੇ ਚੱਕ ਲੈਣੇ ਆ ਤੇ ਇਹਦਾ ਰੰਗ ਝੂਠਾ ਰੰਗ ਹੈ ਕਿਉਂਕਿ ਆਪਾਂ ਨੂੰ ਉਹ ਜਿਹੜਾ ਸੱਚ ਹੈ ਜਿਹੜਾ ਧਰਤੀ ਵਿੱਚ ਦੱਬਿਆ ਹੋਇਆ ਆਪਾਂ ਨੂੰ ਉਹਦੀ ਕੋਈ ਪਰਵਾਹ ਨਹੀਂ ਹੈ ਸੀ ਥਿਸ ਇਜ਼ ਹਾਊ ਦਾ ਵਰਲਡ ਵਰਕਸ ਟੂਡੇ ਯੂ ਬੀਲੀਵ ਵਾਟ ਯੂ ਆਰ ਟੋਲਡ ਵਾਟ ਯੂ ਆਰ ਬੀਇੰਗ ਸ਼ੋਨ ਯੂ ਵਾਂਟ ਟੂ ਬੀਲੀਵ ਥੈਟ ਵਾਟ ਇਜ਼ ਨੋਟ ਸ਼ੋਨ ਫਾਰ ਯੂ ਥੈਟ ਇਜ਼ ਅ ਲਾਇ ਦੇਖੋ ਇਹੀ ਦੁਨੀਆ ਹੈ ਅੱਜ ਦੀ ਇਹਨੂੰ ਕੁਸੰਬੇ ਦਾ ਰੰਗ ਕਹਿੰਦੇ ਨੇ ਆਪਾਂ ਨੂੰ ਜਿਹੜੀ ਚੀਜ਼ ਲੋਕ ਦੱਸ ਦਿੰਦੇ ਨੇ ਜਿਹੜੇ ਲੋਕ ਦਿਖਾ ਦਿੰਦੇ ਨੇ ਡਰਾਮਾ ਕਰਕੇ ਪਖੰਡ ਕਰਕੇ ਹਿਪੋਕ੍ਰੇਟਸ ਆਪਾਂ ਨੂੰ ਬਹੁਤ ਕੁਝ ਦਿਖਾ ਦਿੰਦੇ ਦੱਸ ਆਪਾਂ ਉਹਨਾਂ ਤੇ ਜਾਦੇ ਪ੍ਰਭਾਵਿਤ ਹੋ ਜਾਂਦੇ ਆ ਆਪਾਂ ਨੂੰ ਉਹ ਰੂਟਸ ਜਿਹੜਾ ਸੱਚੀ ਸਿੱਖੀ ਹੈ ਸੱਚ ਹੈ ਉਹ ਨਹੀਂ ਆਪਾਂ ਨੂੰ ਦਿਸਦਾ ਆਪਾਂ ਦੇਖਣਾ ਵੀ ਨਹੀਂ ਚਾਹੁੰਦੇ ਸੋ ਇੱਥੇ ਪਾਈ ਗੁਰਦਾਸ ਨੇ ਇਹ ਐਗਜ਼ਾਮਪਲ ਦੇ ਕੇ ਸੱਚ ਤੇ ਝੂਠ ਦਾ ਐਂ ਇੱਥੇ ਇਹ ਵੀ ਦੱਸਿਆ ਵਾਈ ਵੀ ਗੈਟ ਮੈਸਮਰਾਇਜ਼ਡ ਵਿਦ ਵਿਦ ਫਾਲਸ ਜਾਂ ਟੂਥ ਜਾਂ ਲਾਇ ਨੂੰ ਆਪਾਂ ਇੰਨੇ ਸਦੀ ਕਿਉਂ ਪਕੜਦੇ ਆਂ ਤੇ ਸੱਚ ਨੂੰ ਆਪਾਂ ਬਹੁਤ ਹੌਲੀ ਪਕੜਦੇ ਆ ਕਿਉਂ ਕਿ ਕਿਉਂਕਿ ਝੂਠ ਜਿਹੜਾ ਹੈ ਨਾ ਵੈਰੀ ਫਲਾਵਰਿਸ਼ ਵੈਰੀ ਕਲਰਫੁਲ ਵੈਰੀ ਨਾਈਸ ਵੈਰੀ ਨਾਈਸ ਟੂ ਹਿਅਰ ਵੈਰੀ ਈਜ਼ੀ ਟੂ ਅੰਡਰਸਟੈਂਡ ਆ ਦੈਟਸ ਮੋਸਟ ਇੰਪੋਰਟੈਂਟ ਥਿੰਗ ਵੈਰੀ ਈਜ਼ੀ ਟੂ ਅੰਡਰਸਟੈਂਡ ਅੱਜ ਲੋਕਾਂ ਨੂੰ ਇਹੀ ਚੀਜ਼ ਚਾਹੀਦੀ ਆ ਵੈਰੀ ਈਜ਼ੀ ਟੂ ਅੰਡਰਸਟੈਂਡ ਥੋੜਾ ਜਿਹਾ ਕੰਪਲੀਕੇਟ ਕਰ ਦੋ ਕਹਿੰਦੇ ਬਸ ਆਈ ਸਰਦੀ ਲੰਘ ਗਿਆ ਜੀ ਉਹਨਾਂ ਦਾ ਬਾਈਪਾਸ ਸਿਸਟਮ ਬਹੁਤ ਤਕੜਾ ਹੈ ਅੱਜਕੱਲ ਉਹ ਉੱਤੇ ਦੀ ਲੰਘ ਜਾਂਦੀਆਂ ਚੀਜ਼ਾਂ ਕਹਿੰਦੇ ਜੇ ਝੂਠ ਹੋਵੇ ਚੁਗਲੀ ਹੋਵੇ ਉਹ ਨਹੀਂ ਉੱਤੇ ਦੀ ਲੰਗਦੀ ਉਹ ਤਾਂ ਸਿੱਧੀ ਕੰਚ ਵੱਲ ਕੇ ਦਿਲ ਚ ਵੱਲ ਕੇ ਢੱਡੀ ਚ ਵਾਕੀ ਉਹ ਬਹਿ ਜਾਂਦੀ ਆ ਉਹ ਫੇ ਉਹ ਨਹੀਂ ਨਿਕਲ ਦਿੰਦੇ ਕਿਦੇ ਉਹ ਫੇ ਥਾਮ ਕੇ ਰੱਖਦੇ ਨੇ एवरीडे ਜੁਮਾਹ ਦਾ ਦਾ ਗਾਈ ਟੋਲਡ ਮੀ ਥਿਸ ਥਿੰਗ ਯਸਟਰਡੇ ਯੂ نو ਵਾਟ ਵਾਸ ਇਟ ਉਹ ਯਾਦ ਕਰ ਕਰ ਕੇ ਲੁਕਾਉਂ ਦੱਸਦੇ ਨੇ ਜੇ ਕੋਈ ਕਹਿ ਦੇਵੇ ਕੋਈ ਸ਼ਬਦ ਸੀ ਕੱਲ ਸੁਣ ਕੇ ਆਏ ਉਹ ਕੋਈ ਨਹੀਂ ਉੱਠ ਕੇ ਯਾਦ ਕਰਦਾ ਵੀ ਕਿਹੜਾ ਸ਼ਬਦ ਸੀ ਹਨ ਕਿਹੜਾ ਨਹੀਂ ਜੇ ਉਹਨੇ ਮੈਨੂੰ ਗੱਲ ਦੱਸੀ ਸੀ ਅਜਿਹੀ ਗੱਲ ਦੱਸੀ ਸੀ ਮੈਂ ਤੁਹਾਨੂੰ ਦੱਸਣੀ ਸੀਗੀ ਉਹ ਕਹਿੰਗੇ ਕਿਹੜੀ ਗੱਲ ਸੀ ਉਹ ਯਾਦ ਕਰੂਗਾ ਯਾਦ ਕਰੂਗਾ ਫੇ ਭੁੱਲ ਜਾਊਗਾ ਘਰ ਜਾ ਕੇ ਜਦੋਂ ਯਾਦ ਆ ਫੋਨ ਕਰਕੇ ਦੱਸੂਗਾ ਭਾਈ ਮੈਂ ਤਾਂ ਭੁੱਲ ਗਿਆ ਸੀ ਤੈਨੂੰ ਦੱਸਣਾ ਇਹ ਤਾਂ ਗੱਲ ਬੜੀ ਹੌਟ ਨਿਊਜ਼ ਹੈ ਸ਼ਬਦ ਦੀ ਗੱਲ ਕੋਈ ਨਹੀਂ ਦੱਸਦਾ ਕੋਈ ਨਹੀਂ ਕਹਿੰਦਾ ਵੀ ਕਥਾ ਚ ਆ ਸੁਣ ਕੇ ਆਏ ਮੈਂ ਤੈਨੂੰ ਦੱਸਣਾ ਚਾਹੁੰਦਾ ਸੀ ਵੀ ਭਾਈ ਕਥਾ ਚ ਇੱਕ ਹੀ ਗੱਲ ਆਈ ਸੀ ਜੋ ਗੁਰਬਾਣੀ ਚ ਇਹ ਆਈ ਆ ਨੋ ਓਕੇ ਸੋ ਦੈਟਸ ਹਾਉ ਇਹ ਆਪਣੇ ਹਾਲਾਤ ਹੈ ਫਿਰ ਥੋਮ ਕਥੂਰੀ ਵਾਸ ਲੈ ਨੱਕ ਮਰੋੜੈ ਮਨ ਪਵਨ ਦਾ ਦੇਖੋ ਕਹਿੰਦੇ ਥੋਮ ਕਥੂਰੀ ਵਾਸ ਲੈ ਹੁਣ ਕਿਸੇ ਨੇ ਥੋਮ ਖਾਦਾ ਹੋਵੇ ਥੋਮ ਤੁਹਾਨੂੰ ਪਤਾ ਕੀ ਆ ਗਾਲਿਕ ਓਕੇ ਲਸਣ ਗਾਲਿਕ ਓਕੇ ਗਾਲਿਕ ਜੋ ਕੋਈ ਖਾ ਲੰਦਾ ਹੈ ਲਸਣ ਕੋਈ ਖਾ ਲੰਦਾ ਹੈ ਮੂੰਛ ਪਾਇਆ ਹੋਵੇ ਭਾਵੇਂ ਉਹਨੇ ਸਵੇਰੇ ਖਾਦਾ ਹੋਵੇ ਤੁਸੀਂ ਉਹਨੂੰ ਦੁਪਹਿਰੇ ਮਿਲੇ ਆ ਥੋੜੇ ਕੋਲ ਖੜਕੇ ਗੱਲ ਕਰਨ ਲੱਗ ਗਿਆ ਤੁਸੀਂ ਉਦੋਂ ਹੀ ਕਹੋਗੇ ਪਾਈ ਆਫਟੋ ਮੈਮ ਮਸਟ ਕੈਨ ਪਲੀਜ਼ ਉਹ ਨਹੀਂ ਭਾਈ ਸੁਗਿਆ ਜਾਂਦਾ ਉਹ ਲਸਣ ਦੀ ਜਿਹੜੀ 스멜 ਆ ਨਾ ਬਹੁਤ ਸਟਰੋਂਗ ਹੈ ਸੋ ਕਹਿੰਦੇ ਥੋਮ ਕਥੂਰੀ ਕਹਿੰਦੇ ਵਾਸਲ ਹੈ ਹੁਣ ਇਹਦੇ ਬਦਲੇ ਕਥੂਰੀ ਹੈ ਕਸਤੂਰੀ ਜਿਹਨੂੰ ਕਹਿੰਨੇ ਆ ਕਥੂਰੀ ਜਿਹੜੀ ਕਸਤੂਰੀ ਆ ਉਹ ਸੁਗੰਧੀ ਵਾਲੀ ਹੈ ਇਹ ਗਾਲਿਕ ਜਿਹੜਾ ਹੈ ਬੜੀ ਬੁਦਬੂ ਵਾਲਾ ਹੈ ਕਹਿੰਦੇ ਨੱਕ ਮਰੂੜੇ ਹੁਣ ਜੇ ਕੋਈ ਲਸਣ ਖਾ ਕੇ ਆਇਆ ਹੋਵੇ ਸਾਹਮਣੇ ਬੰਦਾ ਖੜਾ ਹੋਵੇ ਉਹ ਨੱਕ ਮਰੂੜੀ ਜਾਂਦਾ ਹੈ ਕਰੀ ਜਾਂਦਾ ਹੈ ਜਾਣ ਕੇ ਛਿੱਕਣ ਲੱਗ ਜੂਗਾ ਆਪਣਾ ਰੁਮਾਲ ਕੱਢ ਲੂਗਾ ਯਾ ਨਾ ਸਮਥਿੰਗ ਲਾਈਕ ਦੈਟ ਕਿਉਂਕਿ ਉਹ ਬੋਸ ਆ ਰਹੀ ਨਹੀਂ ਜਾਂਦੀ ਇਹ ਬੋਲਣ ਵਾਲੇ ਨੂੰ ਨਹੀਂ ਆ ਰਹੀ ਅਸੀਂ ਦੈਟਸ ਅ ਥਿੰਗ ਯੂ نو ਸੋ ਬੋਲਣ ਵਾਲੇ ਨੂੰ ਨਹੀਂ ਆ ਰਹੀ ਪਰ ਜਿਹੜਾ ਸੁng ਰਿਹਾ ਮੂਰੇ ਖੜ ਕੇ ਉਹਨੂੰ ਆ ਰਹੀ ਹੈ ਫੇਰ ਕਹਿੰਦੇ ਮਾਨ ਨਾ ਮਨ ਨਾ ਪਾਵ ਹੁੰਦਾ ਮਨ ਨੂੰ ਚੰਗੀ ਨਹੀਂ ਲੱਗਦੀ ਕਹਿੰਦੇ ਝੂਠ ਵੀ ਨਾ ਇਸੇ ਤਰਾਈ ਹੈ ਝੂਠ ਜਿਹੜਾ ਹੈ ਨਾ ਭਾਵੇਂ ਕਹਿੰਦਾ ਆ ਕੋਈ ਕਿਵੇਂ ਵੀ ਉਹਨੂੰ ਮਰੂੜ ਕੇ ਜਿਵੇਂ ਗੱਲ ਖਾ ਕੇ ਆਇਆ ਹੋਵੇ ਨਾ ਕਹਿੰਦੇ ਉਹ ਜਿਹੜਾ ਹੈ ਮਨ ਨਾ ਪਾਵੰਦਾ ਉਹ ਚੀਜ਼ ਜਿਹੜੀ ਆ ਨਾ ਕਿਤੇ ਵੀ ਮਨ ਨੂੰ ਨਹੀਂ ਪਾਉਂਦੀ ਮਨ ਫੇਰ ਵੀ ਸ਼ੱਕ ਕਰਦਾ ਇਹ ਰੇਲੀ ਆ ਰੇਲੀ ਆ ਉਹ ਉਹ ਜਿਹੜਾ ਉਹਦਾ ਜਿਹੜਾ ਉਹਦਾ ਸਬਸਟੈਂਸ ਆ ਨਾ ਝੂਠ ਦਾ ਨਹੀਂ ਹੈਗਾ ਸੋ ਇਹਦਾ ਜਿਹੜਾ ਦੂਜਾ ਅਰਥ ਇਹ ਹੈ ਥੋਮ ਕਤੂਰੀ ਵਾਸਲਾ ਜੇ ਹੁਣ ਅ ਜਿਹੜਾ ਲਸਣ ਤੇ ਆਪਣਾ ਕਸਤੂਰੀ ਦੀ ਕੋਈ ਵਾਸ਼ਨਾ ਲੰਦਾ ਹੈ ਜਿਨੇ ਕਸਤੂਰੀ ਸੁੰਗੀ ਹੋਵੇ ਹੀ ਕੈਨ ਐਟ ਲੀਸਟ ਸੇ ਦ ਇਹ ਗਾਲਿਕ ਹੈ ਪਰ ਕਸਤੂਰੀ ਜਿਹੜੀ ਹੈ ਨਾ ਉਹ ਚੰਗੀ ਆ ਸੋ ਇਥੇ ਕਸਤੂਰੀ ਕੀ ਹੈ ਗੁਰੂ ਦੀ ਮੱਤ ਸੱਚ ਉਹ ਸੱਚ ਹੈ ਜਿਨੇ ਸੱਚ ਸੁਣ ਲਿਆ ਨਾ ਉਹ ਕਹੂਗਾ ਉਹ ਜਾਦੇ ਚੰਗਾ ਹੈ ਇਹ ਜਰਾ ਝੂਠ ਹਨ ਇਹ ਗਾਲੀਕ ਦੀ ਤਰ੍ਹਾਂ ਬੋ ਮਾਰਦਾ ਉਹਨੂੰ ਨਹੀਂ ਚੰਗਾ ਲੱਗਦਾ ਬਟ ਵੀ ਲਾਈਕ ਬੁਧਬੂ ਰਾਈਟ ਵੀ ਡੋਨਟ ਲਾਈਕ ਸੱਚ ਰਾਈਟ ਸੋ ਆਪਾਂ ਦਾ ਫੇਰ ਵੀ ਆਪਾਂ ਨੂੰ ਬੁਧਗੂਈ ਚੰਗੀ ਲੱਗਦੀ ਆਪਾਂ ਕਹਿੰਦਾ ਲਸਣ ਨਹੀਂ ਠੀਕ ਹੈ ਆਪਣੇ ਵਾਸਤੇ ਹੈ ਨਾ ਸੋ ਇੱਥੇ ਭਾਈ ਗੁਰਦਾਸ ਜੀ ਉਹ ਐਗਜ਼ਾਮਪਲ ਦੱਤਾ ਹੈ ਕਿੱਡਾ ਵਦਿਆ ਐਗਜ਼ਾਮਪਲ ਹੈ ਫਿਰ ਕੂੜ ਸੱਚ ਅਕ ਅੰਬ ਫਲ ਕੌੜਾ ਮਿੱਠਾ ਸੌ ਲਹੰਦਾ ਮੈਂ ਕਹਿੰਦੇ ਕੂੜ ਸੱਚ ਕੂੜ ਤੇ ਸੱਚ ਦਾ ਹੋਰ ਇੱਕ ਫਰਕ ਦੱਸਿਆ ਕਹਿੰਦੇ ਝੂਟਕੀ ਅਕ ਇਹ ਦੱਸਣ ਅਕ ਟਰੀ ਅਕ ਟਰੀ ਜਿਹੜਾ ਹੁੰਦਾ ਨਾ ਏਡਾ ਕੁ ਵੱਡਾ ਹੁੰਦਾ ਉਹਦੇ ਪੱਤੇ ਵੱਡੇ ਵੱਡੇ ਹੁੰਦੇ ਉਹਨੂੰ ਅਕ ਟਰੀ ਕਹਿੰਦੇ ਏ ਏ ਕੇ ਅਕ ਟਰੀ ਕਹਿੰਦੇ ਆ ਉਹਨੂੰ ਸੋ ਛੋਟਾ ਜਿਹਾ ਹੁੰਦਾ ਇਹ ਡੇਜ਼ਰਟ ਵਿੱਚ ਹੁੰਦਾ ਹੈ ਇਹ ਬਹੁਤ ਕੌੜਾ ਹੁੰਦਾ ਹੈ ਹੈਨਾ ਸੋ ਇਹਦਾ ਬਿਟਰ ਬਹੁਤ ਜ਼ਿਆਦਾ ਬਿਟਰ ਹੁੰਦਾ ਹੈ ਕਹਿੰਦੇ ਉਹ ਅਕ ਹੈ ਸੱਚ ਕੀ ਅੰਬ ਦੀ ਤਰ੍ਹਾਂ ਹੈ ਸੋ ਕਹਿੰਦੇ ਕੌੜਾ ਅੱਕ ਟਰੀ ਜਿਹੜਾ ਹੈ ਉਹ ਕੋੜਾ ਹੈ ਮਿੱਠਾ ਅੰਬ ਹੈ ਕਹਿੰਦੇ ਸੌ ਲਹੰਦਾ ਕਹਿੰਦੇ ਇਹਨੂੰ ਖਾ ਕੇ ਉਹਦਾ ਸਵਾਦ ਆਉਂਦਾ ਹੈ ਕਿਉਂਕਿ ਅੰਬ ਵਰਗਾ ਮਿੱਠਾ ਜਿਹਨੂੰ ਸੱਚ ਲੱਗਣ ਲੱਗ ਜਾਵੇ ਉਹਦਾ ਜੀਵਨ ਬਣ ਗਿਆ ਜਿਹਨੂੰ ਅੱਕ ਵਰਗਾ ਜਿਹੜਾ bitter ਵੀ ਸਵਾਦ ਲੱਗਦਾ ਹੈ ਉਹਦਾ ਫੇਰ ਜੀਵਨ ਖਰਾਬ ਹੈ ਬਹੁਤ ਵੈਰੀ ਸਿੰਪਲ ਆ ਨਾ ਆਪਾਂ ਸਭ ਤੋਂ ਜ਼ਿਆਦਾ ਜਿਹੜਾ ਪਾਣੀ ਕੌਣ ਪੀ ਸਕਦਾ ਹੈ ਲਿਕੁਇਡ ਕੌਣ ਜ਼ਿਆਦਾ ਪੀਂਦੇ ਨੇ ਸ਼ਰਾਬ ਪੀਣ ਵਾਲੇ ਤੁਸੀਂ ਉਹਨਾਂ ਮਿਨਰਲ ਵਾਟਰ ਪੀ ਸਕਦੇ ਹੋ ਜਿਨੀਆਂ ਬੀਅਰ ਦੀਆਂ ਬੋਤਲਾਂ ਚੜਾ ਜਾਂਦੇ ਆ ਜਿਨ੍ਹਾਂ ਨੂੰ ਨਸ਼ਾ ਚੜਾ ਜਾਂਦੇ ਆ ਤੁਸੀਂ ਉਹਨਾਂ ਪਾਣੀ ਪੀ ਸਕਦੇ ਹੋ ਉਹਨਾਂ ਦੇ ਬਦਲੇ ਉਹਨੇ ਸਮੇਂ ਦੇ ਵਿੱਚ ਨਹੀਂ ਪੀਤਾ ਜਾਂਦਾ ਨਾ ਫੇਰ ਹਰ ਕੋਈ ਇਹੀ ਸਵਾਲ ਕਰਦਾ ਜਿਹੜਾ ਵੀ ਕੋਈ ਵਾਈਨ ਪਿੰਦਾ ਹੈ ਬੀਅਰ ਪਿੰਦਾ ਹੈ ਉਹ ਕਹਿੰਦਾ ਇੰਨਾ ਕੋੜਾ ਬਿੱਤਾ ਪਰ ਪੀਣ ਵਾਲੇ ਮਾਰ-ਮਾਰ ਕੇ ਪਿੰਦੇ ਮਾਰ-ਮਾਰ ਕੇ ਪਿੰਦੇ ਨੇ ਪੀ ਕੇ ਫੇ ਮਰਦੇ ਵੀ ਆ ਦੋਵੇਂ ਪਾਸੇ ਸੋ ਉਹਨਾਂ ਨੂੰ ਤਾਂ ਕਿੰਨਾ ਮਿੱਠਾ ਲੱਗਦਾ ਉਹ ਹੈ ਬਿੱਤਾ ਇਸੇ ਕਰਕੇ ਕਹਿੰਦੇ ਜਿਹੜਾ ਸੱਚ ਹੈ ਨਾ ਕਹਿੰਦੇ ਉਹ ਤਾਂ ਮਿੱਠਾ ਜਿਹੜਾ ਹਨ ਉਹ ਤਾਂ ਅੰਮ੍ਰਿਤ ਵਰਗਾ ਹੈ ਪਰ ਕਈਆਂ ਨੂੰ ਕੌੜਾ ਪਾਣੀ ਜਿਹੜਾ ਉਹ ਵੀ ਚੰਗਾ ਲੱਗਦਾ ਹੈ ਕਿਉਂ ਕਿ ਉਹਨਾਂ ਨੂੰ ਝੂਠ ਚੰਗਾ ਲੱਗਦਾ ਉਹਨਾਂ ਨੂੰ ਸੱਚ ਨਹੀਂ ਚੰਗਾ ਲੱਗਦਾ ਸੋ ਇੱਥੇ ਭਾਈ ਗੁਰਦਾਸ ਜੀ ਉਹ ਐਗਜ਼ਾਮਪਲ ਦਿੰਦਾ ਸਾਹ ਜਿਹੜਾ ਹਨ ਕਹਿੰਦੇ ਕੌੜਾ ਮਿੱਠਾ ਸੌ ਲਹੁੰਦਾ ਕੌੜੇ ਤੇ ਮਿੱਠੇ ਦਾ ਸਵਾਦ ਆਉਂਦਾ ਹੈ ਸੱਚਿਆਂ ਨੂੰ ਅੰਬ ਵਰਗਾ ਮਿੱਠਾ ਚੰਗਾ ਲੱਗਦਾ ਹੈ ਤੇ ਜਿਹੜੇ ਸ਼ਰਾਬ ਪੀਣ ਵਾਲੇ ਉਹਨਾਂ ਨੂੰ ਅੱਕ ਵਰਗਾ ਕੌੜਾ ਚੰਗਾ ਲੱਗਦਾ ਝੂਠ ਉਹਨਾਂ ਨੂੰ ਚੰਗਾ ਲੱਗਦਾ ਸੱਚ ਨਹੀਂ ਚੰਗਾ ਲੱਗਦਾ ਸੋ ਇਸ ਕਰਕੇ ਇਹ ਸਾਰੀ ਆਪਣੀ ਮੈਂਟੈਲਿਟੀ ਹੈ ਐਂਡ ਦੈਨ ਡੋਨਟ ਬਲੇਮ ਐਨੀਬਾਡੀ ਫਾਰ ਥਿਸ ਯੂ نو ਇਟਸ ਅਸ ਆਪਾਂ ਇਹੀ ਜੇ ਆ ਹੁਣ ਦੇਖੋ ਤੁਹਾਡੇ ਕੋਲ ਕੋਈ ਚੁਗਲੀ ਕਰਦਾ ਕਿਉਂ ਕਰਦਾ ਕਿਉਂਕਿ ਤੁਸੀਂ ਸੁਣਦੇ ਹੋ ਰਾਈਟ ਜੇ ਤੁਸੀਂ ਨਹੀਂ ਸੁਣੋਗੇ ਕੋਈ ਕਰੂਗਾ ਤੁਹਾਡੇ ਕੋਲ ਮੇਰੇ ਕੋਲ ਤਾਂ ਕੋਈ ਨਹੀਂ ਕਰਦਾ ਆ ਕੇ ਭਾਈ ਮੈਂ ਜੇ ਕੋਈ ਸੱਦਾ ਵੀ ਹੈ ਨਾ ਉਹਨਾਂ ਪੈਸੇ ਦੇਣੇ ਪੈਣੇ ਆ ਉਹਨੂੰ ਵੀਦ ਵਾਲੇ ਦੇ ਦਿਆਂ ਮੈਂ ਕੋਈ ਚੁਗਲੀ ਕਰ ਦੇ ਕੋਈ ਮੇਰਾ ਦੰਡ ਬਣਾ ਦੇ ਅੱਜ ਕੋਈ ਨਹੀਂ ਕਰਦਾ ਆ ਕੇ ਕਿਉਂਕਿ ਇਹ ਗੱਲ ਆ ਨਾ ਬਿਕੋਜ਼ ਆਪਾਂ ਦੇ ਗਾਕ ਨਹੀਂ ਨਾ ਜਦੋਂ ਆਪਾਂ ਗਾਕ ਬਣ ਜੂਗੇ ਫਿਰ 100 ਬੰਦਾ ਆਊਗਾ ਰਾਈਟ ਐਂਡ ਯੂ ਬੀਕਮ ਦਾ ਮੀਡੀਅਮ ਹੁਣ ਮੈਂ ਕਮਾਣਾ ਆਈ ਵਾਂਟ ਟੂ ਆਈ ਵਾਂਟ ਟੂ ਆਈ ਵਾਂਟ ਥਿਸ ਨਿਊਜ਼ ਟੂ ਰੀਚ ਥੈਟ ਸੋ ਵਾਟ ਇਫ ਦਾ ਬੈਸਟ ਵੇ ਉਹ ਟਰੈਕ ਕਰ ਦੇਣੇ ਟਰੈਕ ਕਰਕੇ ਜਿਵੇਂ ਪੁਲਿਸ ਵਾਲੇ ਨਾ ਧਾਗੇ ਜੇ ਲਾ ਲਾ ਕੇ ਆਏ ਦੇਖਦੇ ਹੁੰਦੇ ਆ ਇਹ ਬੰਦੇ ਵੀ ਧਾਗੇ ਜੇ ਲਾ ਕੇ ਦੇਖਦੇ ਆ ਵੀ ਇਹ ਇਹਦੇ ਤੱਕ ਮੈਂ ਗੱਲ ਪਹੁੰਚਾਣੀ ਬਟ ਆਈ ਕੈਨੋਟ ਟੈਲ ਹਿਮ ਡਾਇਰੈਕਟਲੀ ਸੋ ਆਈ ਗੋ ਥਿਸ ਈ ਮੈਂ ਇਹਨੂੰ ਦੱਸੂ ਮੈਂ ਇਹਨੂੰ ਦੱਸ ਆਹ ਨਹੀਂ ਚਲ ਸਾ ਸੱਚ ਚੋੜ ਕੂੜ ਹੈ ਸਾਹੋ ਸਵੇ ਚੋਰ ਫਿਰੇ ਪਵੰਦਾ ਦੇਖੋ ਕਿੰਨਾ ਸਿੰਪਲ ਐਗਜ਼ਾਮਪਲ ਦੇਖੇ ਨਾ ਭਾਈ ਗੁਰੂਦਾਰ ਜੀ ਕਹਿੰਦੇ ਕਹਿੰਦੇ ਜਿਹੜਾ ਸੱਚ ਹੈ ਨਾ ਇਹ ਜਿਵੇਂ ਸ਼ਾਹੂਕਾਰ ਹੁੰਦਾ ਨਾ ਕਹਿੰਦੇ ਸ਼ਾਹੂਕਾਰ ਕੀ ਕਰਦਾ ਹੈ ਨਾ ਰਾਤ ਨੂੰ ਆਰਾਮ ਨਾਲ ਸੌਂ ਜਾਂਦਾ ਉਹਨੂੰ ਬੜੀ ਸੋਹਣੀ ਨੀਂਦ ਆਉਂਦੀ ਹੈ ਉਹ ਸੌਂ ਜਾਂਦਾ ਇਜ਼ ਵੈਰੀ ਵੈਰੀ ਕੰਫਰਟੇਬਲ ਹੈ ਨਾ ਉਹਨੂੰ ਗੂੜੀ ਨੀਂਦ ਆ ਜਾਂਦੀ ਹੈ ਪਰ ਕਹਿੰਦੇ ਚੋਰ ਕੂੜ ਕੂੜ ਜਿਹੜਾ ਝੂਠ ਨਾਲ ਚੋਰ ਦੀ ਤਰ੍ਹਾਂ ਹੁੰਦਾ ਹੈ ਕਹਿੰਦੇ ਚੋਰ ਫਿਰੈ ਜਿਹੜਾ ਹਨ ਭਵੰਦਾ ਚੋਰ ਭੜਕਦਾ ਫਿਰਦਾ ਰਾਤ ਨੂੰ ਸ਼ਾਹ ਬੜਾ ਸੋਹਣਾ ਸੁਤਾ ਪਿਆ ਕਹਿੰਦੇ ਸੱਚ ਬੋਲੋ ਕੋਈ ਡਰ ਨਹੀਂ ਝੂਠ ਬੋਲੋ ਬੰਦੇ ਨੂੰ ਨੀਂਦ ਨਹੀਂ ਆਉਂਦੀ ਵੀ ਆ ਗੱਲ ਆਇਨਾ ਹੋ ਜੂਏ ਉਹਨ ਗੱਲ ਆਇਨਾ ਹੋ ਜੂਏ ਇਹਨੂੰ ਨਾ ਪਤਾ ਲੱਗ ਜਾਵੇ ਉਹਨੂੰ ਨਾ ਪਤਾ ਲੱਗ ਕਿੰਨਾ ਡਰ ਤੁਸੀਂ ਆਪਣੇ ਸਰ ਤੇ ਪਾ ਲਿਆ ਜੀ ਐਂਡ ਥਿੰਕ ਅਬਾਊਟ ਯੂ ਨੋ ਇੱਕ ਦਿਨ ਸਿਟ ਬੈਕ ਕਰਕੇ ਆਪਾਂ ਸੋਚੀਏ ਗੱਲ ਨੂੰ ਮੈਂ ਕਿਉਂ ਲੋਕਾਂ ਦੇ ਪ੍ਰੋਬਲਮ ਚ ਫਸਦਾ ਵਾਏ ਵਾਈ ਡੂ ਆਈ ਸਪੀਕ ਅਬਾਊਟ ਪੀਪਲ ਐਂਡ ਆ ਗੈਟ ਸਕੈਡ ਦੈਨ ਵੀ ਇਹ ਗੱਲ ਦਾ ਇਹ ਪਤਾ ਇਹ ਕਹਿੰਦੇ ਚੋਰ ਦੀ ਤਰ੍ਹਾਂ ਝੂਠ ਜਿਹੜਾ ਹੈ ਉਸ ਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ ਸੱਚ ਤੇ ਚੱਲੋ ਆਰਾਮ ਨਾਲ ਸੋਵੋ ਹਾਂਜੀ ਕੋਈ ਜਿਹੜਾ ਸਲੀਪਿੰਗ ਪੀਲ ਦੀ ਲੋੜ ਨਹੀਂ ਪੈਣੀ ਬੜੀ ਸੋਹਣੀ ਨੀਂਦ ਆਉਂਦੀ ਹੈ ਸੌਂ ਜਾ ਕਰੋ ਹਾਂਜੀ ਜੇ ਝੂਠ ਬੋਲੂਗੇ ਇਧਰ ਉਧਰ ਦੀਆਂ ਗੱਲਾਂ ਕਰੋਗੇ ਫਿਰ ਤੁਹਾਨੂੰ ਸਾਰਾ ਸੋਚਣਾ ਪੈਣਾ ਹੈ ਇਹ ਕਿਵੇਂ ਹੋ ਰਿਹਾ ਕੀ ਹੋ ਰਿਹਾ ਫਿਰ ਤੁਹਾਨੂੰ ਅਪਡੇਟ ਵੀ ਲੈ ਇਹ ਤੁਸੀਂ ਉਹਨੂੰ ਦੱਸੀ ਸੀ ਇਹ ਗੱਲ ਮੈਂ ਤਾਂ ਤੁਹਾਨੂੰ ਦੱਸੀ ਸੀ ਮੈਂ ਕਿਹਾ ਸੀ ਕਿਸੇ ਨੂੰ ਨਾ ਦੱਸੀ ਉਹ ਦੂਜਾ ਬੰਦਾ ਕਹਿੰਦਾ ਹੈ ਮੈਂ ਵੀ ਉਹਨੂੰ ਉਹੀ ਦੱਸ ਕੇ ਮੈਂ ਉਹਨੂੰ ਇਹੀ ਕਿਹਾ ਵੀ ਕਿਸੇ ਨੂੰ ਨਾ ਦੱਸੀ ਉਹਨੇ ਮੈਸੇਜ ਰਾਈਟਫੁਲੀ ਲੈ ਲਈ ਹੈ ਜੇ ਮੈਂ ਤੁਸੀਂ ਉਹਨੂੰ ਦੱਸਿਆ ਉਹ ਮੈਂ ਉਹਨੇ ਦੁਕਾਨ ਦੱਸਤਾ ਵੀ ਭਾਈ ਨਾ ਕਿਸੇ ਨੂੰ ਦੱਸੀ ਦੇਨ ਇਟਸ ਆਪ ਟੂ ਹਿਮ ਲਾ ਨਾ ਫਿਰ ਹਾਂ ਕਿ ਚਲੋ ਜੀ ਸਾਵ ਫਿਰੈ ਉਠ ਚੋਰ ਨੋ ਤਿਸ ਨੁਕਸਾਨ ਦੀਵਾਨ ਕਰਨਦਾ ਵੇਖੋ ਕਹਿੰਦੇ ਫਿਰ ਸ਼ਾਹ ਕੀ ਕਹਦਾ ਸੱਚ ਕੀ ਕਹਦਾ ਝੂਠ ਨੂੰ ਪਕੜ ਲੈਂਦਾ ਝੂਠ ਨੂੰ ਕੌਣ ਪਕੜਦਾ ਹੈ ਸੱਚ ਪਕੜਦਾ ਹੈ ਕਹਿੰਦੇ ਸਾਹ ਫੜਾ ਜਿਵੇਂ ਇੱਕ ਸ਼ਾਹ ਜਿਹੜਾ ਹੈ ਇੱਕ ਚੋਰ ਨੂੰ ਫੜਾਉਂਦਾ ਹੈ ਫੜਾਕੇ ਕੀ ਕਰਦਾ ਉਹਨੂੰ ਪੁਲਿਸ ਨੂੰ ਦੇ ਦਿੰਦਾ ਹੈ ਪੁਲਿਸ ਲੈ ਕੇ ਉਹਨੂੰ ਕਟ ਨੂੰ ਲੈ ਕੇ ਜਾਂਦੀ ਆ ਰਾਈਟ ਓਕੇ ਹੁਣ ਕਹਿੰਦੇ ਸਾਹ ਫੜੇ ਉਠ ਚੋਰ ਨੂੰ ਕਹਿੰਦੇ ਸਾਹ ਜਾ ਕੇ ਚੋਰ ਨੂੰ ਪਕੜ ਲੈਂਦਾ ਹੈ ਫਿਰ ਨੁਕਸਾਨ ਕਹਿੰਦੇ ਫਿਰ ਕੀ ਹੁੰਦਾ ਹੈ ਚੋਰ ਦਾ ਨੁਕਸਾਨ ਹੁੰਦਾ ਹੈ ਕੀ ਨੁਕਸਾਨ ਹੁੰਦਾ ਜੀ ਉਹਨੂੰ ਕੁੱਟਮਾਰ ਹੁੰਦੀ ਹੈ ਇੰਟੈਰੋਗੇਸ਼ਨ ਹੁੰਦਾ ਹੈ ਫਿਰ ਕੋਰਟ ਨੂੰ ਜਾਂਦਾ ਹੈ ਉੱਥੇ ਜਾ ਕੇ ਫਿਰ ਉਹਦੇ ਖੱਜਰਖਵਾਰੀ ਹੁੰਦੀ ਹੈ ਚੋਰੀ ਉਹਨੇ 1000 ਦੀ ਕੀਤੀ ਹੋਇਆ ਲਾਇਰ ਨੂੰ ਫਿਰ ਉਹਨੂੰ 10000 ਦੇਣਾ ਪਿਆ ਜਾਂਦਾ ਹੈ ਕੀ ਫਾਇਦਾ ਹੋਇਆ ਗਲਮੀ ਸੋ ਕਹਿੰਦੇ ਫਿਰ ਉਹਦਾ ਜਿਹੜਾ ਇਹ ਤਾਂ ਪੈਸੇ ਦੀ ਗੱਲ ਆ ਦੂਜਾ ਜਿਹੜਾ ਉਹਦਾ ਟਾਈਮ ਖਰਾਬ ਹੋਇਆ ਉਹਦਾ ਰੈਪਿਊਟੇਸ਼ਨ ਖਰਾਬ ਹੋਇਆ ਉਹਦਾ ਸਭ ਕੁਝ ਗਿਆ देन ਹੂ ਇਸ ਗੋਇੰ ਟੂ ਮੈਸ਼ਰ ਥੈਟ ਸੋ ਦੈਟਸ ਵਾਈ ਛੂਟ ਵੀ ਫੀਲ ਦੈਟ ਵਿਥ ਛੂਟ ਯੂ ਕੈਨ ਡੂ ਬਿਜ਼ਨਸ ਜਿਵੇਂ ਮਹਾਰਾਜ ਕੋਲ ਵੀ ਸਿੱਖ ਆਈ ਸੀ ਨਾ ਕਹਿੰਦੇ ਜੇ ਆਪਾਂ ਝੂਠ ਨਾ ਬੋਲੀਏ ਸਾਡਾ ਬਿਜ਼ਨਸ ਕਿਵੇਂ ਚੱਲੇਗਾ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਨਾ ਕਹਿੰਦੇ ਇਹਨੂੰ ਹਟਾਓ ਉਹ ਚੌਧਰੀ ਸੀ ਪਿੰਡ ਦੇ ਨੰਬਰਦਾਰ ਜਿਹਨੂੰ ਨੰਬਰਦਾਰ ਕਹਿੰਦੇ ਚੌਧਰੀ ਆ ਕਹਿੰਦੇ ਅਸੀਂ ਚੌਧਰੀਆਂ ਪਿੰਡ ਦੇ ਸਾਨੂੰ ਝੂਠ ਬੋਲਣਾ ਪੈਂਦਾ ਮਹਾਰਾਜ ਕਹਿੰਦੇ ਫਿਰ ਲਿਖ ਲਿਆ ਕਰੋ ਨਾ ਲਿਖ ਲਿਖ ਕੇ ਆਪਣੇ ਝੂਠ ਲਿਖਿਆ ਕਰੋ ਜਾ ਕੇ ਧਰਮਸਾਲਾਾਂ ਚ ਸਿੱਖਾਂ ਨੂੰ ਸੁਣਾਇਆ ਕਰੋ ਰੋਜ਼ ਐਂ ਕਰਦੇ 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 ਉਹਨਾਂ ਦਾ ਝੂਠ ਵਿਸਰ ਗਿਆ ਸੋ ਇਹ ਝੂਠ ਆਪਾਂ ਤਾਂ ਬੋਲਦੇ ਆ ਸੋ ਦੈਟ ਵੀ ਕੈਨ ਹਾਈਡ the day you we understand that we cannot hide the lie then you will never lie aa ee gal hai dekho chhoot pardey vich rehnda hai sach nu pardey di loon nahi bas ehi fark hai fir sach koodal la nehan ban da dekho khende jehda sach koodal la sach jehda hai kood jhoot nu leke khende onu qaidi banake rakhda hai onu prisoner bana lenda ਝੂਠ ਪ੍ਰिजनਰ ਬਣ ਜਾਂਦਾ ਹੈ ਤੇ ਸੱਚ ਉਹਨੂੰ ਕੈਦ ਵਿੱਚ ਬੰਦ ਕਰ ਦਿੰਦਾ ਹੈ। ਨਾ ਜਿਸ ਮੇ제 ਨਾ ਇਹ ਸੱਚ ਤੇ ਝੂਠ ਦੀ ਜਿਹੜੀ ਗੱਲ ਹੈ। ਹੁਣ ਇਹ ਸੱਚ ਤੇ ਝੂਠ ਜਿਹੜਾ ਹੈ ਆਪਣੇ ਜ਼ਿੰਦਗੀ ਵਿੱਚ ਰੋਜ਼ ਆਉਂਦਾ। ਇਨ ਏਵਰੀ ਵਰਡ ਦੈਟ ਵੀ ਸਪੀਕ देयर ਇਜ਼ ਅ ਲਾਇ ਦੈਟ ਇਜ਼ ਅ ਟਰੂਥ ਐਂਡ ਏਵਰੀ ਵਰਡ ਦੈਟ ਵੀ ਸਪੀਕ। ਸੋ ਇਹ ਜਿਹੜੀ ਵਾਰਾ ਇੰਨੀ ਇੰਪੋਰਟੈਂਟ ਆਪਣੇ ਲਾਈਫ ਵਾਸਤੇ। ਸੋ ਬਟ ਦ ਇੰਟੈਂਸ਼ਨ ਇਜ਼ ਆਲਵੇਸ ਹੇਅਰ। ਜਦੋਂ ਕੋਈ ਪੁੱਛਦਾ ਦ ਫਰਸਟ ਥਿੰਗ ਦੈਟ ਕਮਸ ਆਊਟ ਫਰਮ ਯੂਰ ਮਾਉਥ ਇਜ਼ ਵਾਟ ਸੱਚ ਜਾਂ ਝੂਠ ਹੁਣ ਬੱਚੇ ਨੂੰ ਕਹੇ ਬੱਚੇ ਨੇ ਇੱਕ ਚੀਜ਼ ਤੋੜ ਦਿੱਤੀ ਹੈ। ਹੁਣ ਪੁੱਛੇ ਤੂੰ ਤੋੜੀਆ ਉਹਦੇ ਮੂੰਹ ਚੋਂ ਪਹਿਲਾ ਕੀ ਨਿਕਲੂਗਾ? ਨਹੀਂ। ਉਹਨੂੰ ਸੋਚਣ ਦੀ ਵੀ ਨਹੀਂ ਲੋੜ। ਇਮੀਡੀਟਲੀ 'ਨਾ' ਨਿਕਲੇਗਾ। ਕਿਉਂ? ਬਿਕੋਜ਼ ਉਹਨੇ ਬੱਚਨਾ ਉਹਨ ਪਤਾ ਜੀ ਮੈਂ ਕਹਤਾ ਮੈਂ ਤੋੜੀਆ ਮੇਰੇ ਘੁੱਟ ਪੈ ਜਾਣੀ ਆ। রাইਟ ਸੋ ਸੀ ਆ ਵੀ ਫਰਮ ਵੈਰੀ ਯੰਗ ਅੰਟਿਲ ਟੂਡੇ ਵੀ ਕੈਨ ਨੋਟ ਫੇਸ ਦ ਥਰੂਥ ਯੂ ਨੋ। ਆਪਾਂ ਨਾਲ ਲੈ ਕੇ ਆਇਆ। ਜੇ ਬੱਚੇ ਨੂੰ ਕਹਿ ਦਈਏ ਝੂਠ ਨਹੀਂ ਬੋਲਣਾ ਤੂੰ ਸੱਚ ਬੋਲ। ਤੋੜਤਾ ਕੋਈ ਨਹੀਂ ਕਹਦੇ ਮੈਂ ਤੋੜਿਆ। ਇਟਸ ਓਕੇ। ਜੇ ਦੇਖੋ ਨਾ ਸਮ ਟਾਈਮਸ ਪੈਰੈਂਟਸ ਬੱਚੇ ਨੇ ਕੋਈ ਗਲਤੀ ਕਰਤੀ ਉਹਨੂੰ ਟੋਮਾਰੋ ਉਹ ਉਹ ਸੱਚ ਬੋਲਣ ਤੋਂ ਹਟ ਜੂਗਾ ਰਾਈਟ ਦੈਟਸ ਵਾਟ ਵੀ ਡੂ ਜੇ ਬੱਚੇ ਨੂੰ ਕਹਿ ਤੂੰ ਕਰ ਵੀ ਦਿੱਤਾ ਕੋਈ ਨਹੀਂ ਪਰ ਹੁਣ ਸੱਚ ਦੱਸ ਤੂੰ ਕੀ ਕੀਤਾ ਆਲ ਪੈਨਿਸ਼ ਯੂ ਇਨ ਅ ਵੇ ਥੈਟ ਟੂ ਮੇਕ ਯੂ ਅੰਡਰਸਟੈਂਡ ਉਹ ਚੀਜ਼ ਜਿਹੜੀ ਤੂੰ ਤੋੜੀ ਹੈ ਕਿ ਨਹੀਂ ਇੰਪੋਰਟੈਂਸ ਹੈ ਦੈਟਸ ਆਲ ਵਨ ਪਰ ਇਹ ਤਾਂ ਨਹੀਂ ਬੱਚੇ ਨੂੰ ਕਹਿਣਾ ਵੀ ਤੂੰ ਝੂਠ ਹੁਣ ਦੇਖੋ ਗਵਰਨਮੈਂਟ ਜਿਹੜੀ ਹੈ ਕੋਰਟ ਦੇ ਵਿੱਚ ਯੂ نو ਵਾਟਸ ਗੋਇੰਗ ਆਨ ਉਹ ਕੋਰਟ ਚੱਲਦੀ ਹੈ ਕੋਰਟ ਚ ਕੀ ਹੁੰਦਾ हाउ टू मेक द लाई बिकम द ट्रूथ जे कोई बंदा झूठा है केस लड़ रहा है जरा सच बोल रहा है वो कह रहे हैं, मैं सच बोल रहा है बट दैन जरा जरा झूठ न सच बनाया दैट लुक्स रियल टू द जज दैन यूर गॉन साल कि हो रही बिकॉज इस ह्यूमन ना आपका ह्यूमन ना ना सो ये गल् जहाराज गुरुदास सच कूड़ लै निशान बहांधा ਪਰ ਐਕਚੁਅਲੀ ਗੱਲ ਕੀ ਹੁੰਦੀ ਆ ਅੱਜ ਦਾ ਝੂਠ ਕਈ ਝੂਠ ਲੁਕੀ ਬੋਲੇ ਸੀਗੇ ਕੰਜਾਂ ਨੇ ਟੀਉਰੀਆਂ ਕਟੀਆਂ ਸੀਗੀਆਂ ਮੈਨੂੰ ਮੈਨੂੰ ਈਅਰਸ ਅਗੋ ਉਹ ਝੂਠ ਟੀਉਰੀਆਂ ਅੱਜ ਲੋਕ ਦੇਖਨੇ ਝੂਠੀਆਂ ਨੇ ਪ੍ਰੂਫ ਹੋ ਗਈਆਂ ਭਾਵੇਂ ਕਿੰਨੇ ਸਾਲ ਲੱਗੇ ਝੂਠ ਝੂਠੇ ਰਹਿੰਦਾ ਹੈ ਸਿਹਰ ਹਾਂਜੀ ਸਾਫੜਾ ਉਠ ਚੋਰ ਨੂੰ ਤਿਸ ਨੁਕਸਾਨ ਦੀ ਬਾਣ ਕਰਨਦਾ ਸੱਚ ਕੂੜ ਲੈ ਨਿਹਨ ਵਹੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ